ਨਵੇਂ ਟਾਇਟਰ ਨੇ ਉਹਨਾਂ ਦਾ ਕੀ ਹੈਗਾ, ਜੇ ਤਾਂ ਹੁਣ ਵੀ ਲੈਵਲ ਜਿਹ 'ਚ ਪੈ ਜਾ ਹਲਸ਼ਾ ਹੈਗਾ ਕੁਛ ਵੀ ਆਪਾਂ ਜਦੋਂ ਪਾਉਣਾ ਹੈਗਾ ਬਹੁਤ ਔਖਾ ਮਿਲਣ ਕੇ ਚੱਕ ਕੇ ਹੋ ਜਾਂਦਾ, ਮਾੜਾ ਮੋਟਾ ਪੈ ਜਾਂਦੇ ਨੇ ਹਲਸ਼ਾ ਹੈਗਾ, ਉਹਦੇ ਤਾਂ ਪਤਾ ਨਹੀਂ ਕੀ ਕਰਦਾ, ਉਹ ਤਾਂ ਪੈਂਦੇ ਨਹੀਂ ਹੈਗੇ। ਅਤੇ ਬਾਕੀ ਮੈਂ ਇਸ ਕਰਕੇ ਵੀਡੀਓ ਲੱਗਿਆ ਸੀਗਾ ਬਣਾਉਣ, ਵੀਡੀਓ ਨੂੰ ਕਰ ਦਿਓ ਸ਼ੇਅਰ। ਅਤੇ ਇਹ ਵੀਡੀਓ ਆਪਾਂ ਅੱਜ ਲੱਗੇ ਸੀਗੇ ਟਰੈਕਟਰ 'ਤੇ ਬਣਾਉਣ, ਇਹਦੇ ਬਾਰੇ ਅਤੇ ਨਵੇਂ ਟਰੈਕਟਰ ਬਾਰੇ ਇੱਕ ਦੋ ਜਿਹੜੀਆਂ ਕਮੀਆਂ ਨੇ ਉਹ ਦੱਸਦਾ ਫਿਰ ਮੈਂ ਕੀ ਨੇ ਕਮੀਆਂ, ਜਿਹੜੀ ਨਵੇਂ ਟਰੈਕਟਰ 'ਚ ਆਉਂਦੀ ਆ ਕਮੀ ਉਹਦੇ ਬਾਰੇ ਤੁਹਾਨੂੰ ਦੱਸਦਾ। ਹੁਣ ਜਿਵੇਂ ਆਹ ਮੰਨ ਲਓ ਡੰਡਾ ਪਾਉਣ ਵਾਲੀ ਹੁੱਕ ਆ ਗਈ, ਆਹ ਹੁੱਕ ਜਿਹੜਾ ਨਵਾਂ ਸਪਰਾਜ ਆ ਸੇਮ ਤਾਹਾਂ ਤੋਂ ਤਾਂ ਹੀ ਆ, ਉਹਦੇ ਪੈਨ ਆ ਜਿਹੜੀ ਆਹ ਹੈਗੀ ਉਹ ਸਿਰਫ ਇੱਕ ਪੈਂਦੀ ਆ। ਅਤੇ ਬਾਕੀ ਗੱਲ ਰਹੀ ਆਹ ਪੈਨ ਦੀ, ਇਹ ਪੈਨ ਉਹਦੇ ਹੈ ਨਹੀਂ ਗੀ ਜਿਹੜਾ ਨਵਾਂ ਸਪਰਾਜ ਆਉਂਦਾ, ਇਹਦਾ ਕਿੰਨਾ ਫਾਇਦਾ ਗਾ ਆਹ ਡਬਲ ਪਿੰਨਾਂ ਦਾ ਤਾਂ ਬਹੁਤ ਫਾਇਦਾ, ਜਾਣੀ ਕਿ ਉਹਦੇ ਸਿੰਗਲ ਆਉਂਦੀ ਆ। ਹੁਣ ਇਹਦੇ ਕੀ ਹੈਗਾ, ਹੁਣ ਜਦੋਂ ਮੰਨ ਲਓ ਵੀ ਆਹ ਡੰਡਾ ਹੈਗਾ, ਇਹ ਡੰਡਾ ਜਦੋਂ ਆਪਾਂ ਇੱਥੇ ਪਾਉਂਦੇ ਹਾਂ ਤਾਂ ਇੱਥੇ ਜ਼ੋਰ ਪੈਂਦਾ, ਜਿਹੜੀ ਆਹ ਪੈਨ ਆ ਇਹ ਨਹੀਂ, ਇਹ ਵਿੱਚੋਂ ਨਾ ਟਰੈਕਟਰਾਂ ਦੇ ਲੂਜ਼ ਹੋ ਜਾਂਦੀਆਂ ਨੇ ਪਿੰਨਾਂ, ਇਹ ਜਦੋਂ ਜ਼ੋਰ ਪੈਂਦਾ ਗਾ ਟਰੈਕਟਰ ਦਾ, ਆਹ ਟਰੈਕਟਰ ਜ਼ੋਰ ਮਾਰਦਾ ਗਾ ਅਤੇ ਡੰਡੇ ਦਾ ਜ਼ੋਰ ਹੁੰਦਾ ਪਿੱਛੇ ਹਲ ਪਾਏ ਹੁੰਦੇ ਆ ਜਦੋਂ, ਉਦੋਂ ਇਹਦੇ ਜ਼ੋਰ ਪੈਂਦਾ ਸਾਰਾ, ਇਹ ਕਈ ਵਾਰੀ ਵਿੱਚੋਂ ਇਹ ਲੂਜ਼ ਹੋ ਕੇ ਨਿਕਲ ਵੀ ਸਕਦੀ ਆ। ਹੁਣ ਜਿਹੜੀਆਂ ਆਹ ਦੋ ਪਿੰਨਾਂ ਨੇ, ਇਹ ਦੋ ਪਿੰਨਾਂ ਨੇ ਜਿਹੜੀਆਂ, ਇਹ ਜੇ ਮੰਨ ਲਓ ਵੀ ਇਹ ਲੂਜ਼ ਹੋ ਵੀ ਗਈ ਤਾਂ ਆਹ ਪਿੰਨਾਂ ਇਹਨੂੰ ਕੰਟਰੋਲ 'ਚ ਕਰ ਲੈਣਗੀਆਂ। ਮਤਲਬ ਜੇ ਇਹ ਮੰਨ ਲਓ ਵੀ ਹਲ ਜਾਂ ਕੁਛ ਵੀ ਹੈਗਾ ਜਾਂ ਪਾਇਆ ਇਹਦੇ ਮਗਰ, ਜਦੋਂ ਇਹ 'ਤੇ ਜ਼ੋਰ ਪੈ ਗਿਆ, ਜਦੋਂ ਆਹ ਫ੍ਰੀ ਹੋ ਗਈ ਨਵੇਂ ਟਰੈਕਟਰ ਦੀ, ਉਹਨੇ ਪਿੱਛੇ 1 ਲੱਖ ਆ ਜਾਣਾ ਨਿਕਲ ਕੇ। ਇਹ ਦੋ ਪਿੰਨਾਂ ਦਾ ਇਹੀ ਫਾਇਦਾ, ਮੈਂ ਇਸ ਕਰਕੇ ਵੀਡੀਓ ਬਣਾਉਣ ਲੱਗਿਆ ਸੀਗਾ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਬਾਕੀ ਗੱਲ ਇੱਕ ਨਵੇਂ ਟਰੈਕਟਰਾਂ ਦੇ ਰਹੀ ਲਿੰਕਾਂ ਦੀ, ਹੁਣ ਇਹਦੇ ਮੈਂ ਆਹ ਪੈਪ ਜੇ ਲੱਗਿਆ ਸੀਗਾ ਸਾਫ਼ ਕਰਨ, ਕਿਉਂਕਿ ਪੈਪ ਦੇ ਵਿੱਚ ਇਹਨਾਂ ਦੇ ਵਿੱਚ ਹੁੰਦਾ ਗਾਰਾ, ਜਿਹੜਾ ਇਹ ਗਾਰਾ ਹੈਗਾ ਗਾਰੇ ਨਾਲ ਭਰ ਜਾਂਦੇ ਵਿੱਚੋਂ, ਇਹ ਮੈਂ ਲੱਗਿਆ ਸਾਫ਼ ਕਰਨ। ਹੁਣ ਹੁਣ ਜਿਹੜੇ ਨਵੇਂ ਲੈਂਕਾਂ ਦੀ, ਹੁਣ ਜਿਹੜੇ ਨਵੇਂ ਹੁਣ ਟਰੈਕਟਰ ਆਉਂਦੇ ਆ ਜਾਂ 20-21 ਮਾਡਲ ਆ ਗਏ, ਅਤੇ ਉਹਨਾਂ ਦੇ ਇੱਕ ਗੱਲ ਹੋਰ ਵੀ ਆ, ਉਹ ਟਰੈਕਟਰ ਸਾਡੇ ਕੋਲ ਹੈਗਾ 21 ਮਾਡਲ ਵੀ, ਉਹਦਾ ਤਾਂ ਇਹਦੇ ਲੈਂਕਾਂ ਦਾ ਫਰਕ ਤਾਂ ਬਹੁਤ ਹੈਗਾ, ਜਾਣੀ ਕਿ ਇਹਦੀਆਂ ਥੋੜ੍ਹੀਆਂ ਜਿਹੀਆਂ ਹਲਕੀਆਂ ਨੇ ਲੈਂਕਾਂ, ਉਹਦੀਆਂ ਮਜ਼ਬੂਤ ਨੇ। ਅਤੇ ਇੱਕ ਗੱਲ ਹੈਗੀ ਆ ਜਿਹੜੀਆਂ ਉਹਦੀਆਂ ਲੈਂਕਾਂ ਨੇ, ਹੁਣ ਜਿਵੇਂ ਇਹਦੀਆਂ ਤਾਂ ਚੱਕ ਚੁੱਕ ਕੇ ਆਪਾਂ ਪਾ ਲੈਂਦੇ ਹਾਂ, ਜਦੋਂ ਹਲ ਪਾਏ ਹੁੰਦੇ ਸਾਗਾ ਪਾਇਆ ਹੁੰਦਾ ਚਨੀਮਾ ਹੁੰਦਾ ਨਾ, ਉਹ ਆਪਾਂ ਚੱਕ ਕੇ ਪਾ ਲੈਂਦੇ ਹਾਂ। ਅਤੇ ਜਿਹੜੇ ਉਹ ਨਵੇਂ ਟਰੈਕਟਰ ਨੇ ਉਹਨਾਂ ਦਾ ਕੀ ਹੈਗਾ, ਜੇ ਤਾਂ ਹੁਣ ਵੀ ਲੈਵਲ ਜਿਹ 'ਚ ਪਏ ਆ ਹਲ ਸਾਗਾ ਕੁਛ ਵੀ ਆਪਾਂ ਜਦੋਂ ਪਾਉਣਾ ਹੈਗਾ ਬਹੁਤ ਔਖਾ ਪਾਉਣਾ, ਜਾਣੀ ਕਿ ਇਹ ਤਾਂ ਉੱਚੀ ਨੀਵੀਂ ਲਿੰਕ ਚੱਕ ਕੇ ਹੋ ਜਾਂਦਾ, ਮਾੜਾ ਮੋਟਾ ਪੈ ਜਾਂਦੇ ਨੇ ਹਲ ਸਾਗਾ, ਉਹਦੇ ਤਾਂ ਪਤਾ ਨਹੀਂ ਕੀ ਕਰ ਲਓ, ਉਹ ਤਾਂ ਪੈਂਦੇ ਨਹੀਂ ਹੈਗੇ। ਅਤੇ ਬਾਕੀ ਮੈਂ ਇਸ ਕਰਕੇ ਵੀਡੀਓ ਲੱਗਿਆ ਸੀਗਾ ਬਣਾਉਣ। ਅਤੇ ਬਾਕੀ ਆਹ ਤੁਹਾਨੂੰ ਮੈਂ ਆਹ ਦੱਸਿਆ ਹੈਗਾ ਹੁੱਕ ਦਾ, ਅਤੇ ਆਹ ਪਿੰਨਾਂ ਨੇ ਡਬਲ, ਇਹ ਹੁਣ ਨਵਿਆਂ ਦੇ ਆਉਂਦੀਆਂ ਨਹੀਂ ਹੈਗੀਆਂ, ਇਹ ਪੁਰਾਣਿਆਂ ਦੇ ਆਉਂਦੀਆਂ ਸੀਗੀਆਂ। ਇਹਦੀ ਮਜ਼ਬੂਤੀ ਆਹ ਚੀਜ਼ ਦੀ, ਜੇ ਇਹ ਡਬਲ ਪਿੰਨ ਹੈਗੀ ਨਹੀਂ ਹੋਣਾ ਜਾਂਦੇ ਤਾਂ ਇੱਕ ਪਿੰਨ ਹੀ ਇੱਥੇ ਆਉਂਦੀ, ਇੱਕ ਬਸ ਆਹ ਗਈ, ਇਹ ਜੇ ਵਿੱਚੋਂ ਲੂਜ਼ ਹੋਏ ਤਾਂ ਪਿੱਛੇ ਵੀ ਨਿਕਲ ਸਕਦੀ ਹੈ ਇਹ। ਅਤੇ ਇਹ ਡਬਲ ਪਿੰਨਾਂ ਦਾ ਫਾਇਦਾ ਕਿਉਂਕਿ ਡੰਡੇ ਦਾ ਜ਼ੋਰ ਹੁੰਦਾ ਹਲਾਂ 'ਤੇ ਸਾਗੇ 'ਤੇ ਕੁਛ ਵੀ ਹੈਗਾ, ਉਹ ਫਿਰ ਜਾਣੀ ਕਿ ਵੀ ਜੇ ਇਹ ਲੂਜ਼ ਹੋਜੂ ਤਾਂ ਇਹ ਦੋ ਪਿੰਨਾਂ ਨੇ ਇਹ ਫਿਰ ਵੀ ਉਹਨੂੰ ਕੰਟਰੋਲ 'ਚ ਰੱਖਣਗੀਆਂ। ਅਤੇ ਬਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ, ਜੇਕਰ ਤੁਸੀਂ ਯੂਟਿਊਬ 'ਤੇ ਦੇਖਦੇ ਹੋ ਤਾਂ ਵੀਡੀਓ ਤਾਂ ਯੂਟਿਊਬ 'ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ, ਜੇ ਤੁਸੀਂ ਫੇਸਬੁੱਕ ਪੇਜ 'ਤੇ ਦੇਖਦੇ ਹੋ ਤਾਂ ਪੇਜ ਨੂੰ ਫੋਲੋ ਕਰ ਦਿਓ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹੁਣ ਮੈਂ ਅਗਲੀ ਵੀਡੀਓ ਤੁਹਾਡੇ ਲਈ ਫੇਰ ਲੈ ਕੇ ਆਊਂਗਾ।